ਸਤਿ ਸ਼੍ਰੀ ਅਕਾਲ, ਪੰਜਾਬ ਮਿਲ USA TV ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ, ਲੈ ਕੇ ਹਾਜ਼ਰ ਪੰਜਾਬ ਚਰਚਾ। ਜੋ ਬਾਈਡਨ 2-4 ਦਿਨਾਂ ਦੇ ਵਿੱਚ ਦੱਸਣਗੇ ਕਿ ਉਹ ਸਟੈਪ ਬੈਕ ਕਰ ਰਹੇ ਨੇ ਕਿ ਇਲੈਕਸ਼ਨਸ ਦੇ ਮੈਦਾਨ ਦੇ ਵਿੱਚ ਨਿਤਰ ਰਹੇ ਨੇ ਡੋਨਲਡ ਟਰੰਪ ਦੇ ਖਿਲਾਫ, ਕਿਉਂਕਿ ਉਹਨਾਂ ਦੇ ਜੋ ਨਜ਼ਦੀਕੀ ਸੂਤਰ ਨੇ ਉਹ ਇਹੀ ਦੱਸਦੇ ਨੇ ਕਿ ਹਜੇ ਜੋ ਬਾਈਡਨ ਸ਼ਿਓਰ ਨਹੀਂ ਹੈਗੇ ਕਿ ਉਹ ਰਾਸ਼ਟਰਪਤੀ ਦੀ ਚੋਣ ਲੜਨਗੇ ਜਾਂ ਨਹੀਂ ਲੜਨਗੇ। ਇਸ ਕਰਕੇ ਸਾਨੂੰ 2 ਜਾਂ 4 ਦਿਨ ਵੇਟ ਕਰਨਾ ਪਏਗਾ ਉਹਨਾਂ ਦਾ ਫਾਈਨਲ ਡਿਸੀਜ਼ਨ ਆਉਣ ਤੱਕ। ਇਹਦੇ ਪਿੱਛੇ ਜੋ ਕੰਮ ਕਰ ਰਹੀ ਹੈ ਸੋਚ, ਉਹ ਇਹ ਕਿ ਸਾਰੇ ਐਨਾਲਿਸਿਸ ਇਹ ਦੱਸਦੇ ਨੇ ਕਿ ਡੋਨਲਡ ਟਰੰਪ ਦੀ ਪਾਪੂਲੈਰਿਟੀ ਵੱਧਦੀ ਪਈ ਹੈ ਅਤੇ ਜੋ ਬਾਈਡਨ ਦੀ ਪਾਪੂਲੈਰਿਟੀ ਘਟਦੀ ਪਈ ਹੈ ਅਮਰੀਕਾ ਦੀ ਜਨਤਾ ਦੇ ਵਿਚਕਾਰ। ਇਸ ਕਰਕੇ ਇਲੈਕਸ਼ਨਸ ਦੇ ਵਿੱਚ ਕੋਈ ਵੀ ਪਾਰਟੀ ਕਿਸੇ ਤਰ੍ਹਾਂ ਦਾ ਕੋਈ ਵੀ ਰਿਸਕ ਨਹੀਂ ਲੈ ਸਕਦੀ। ਇਸ ਕਰਕੇ ਜੋ ਬਾਈਡਨ ਦੀ ਥਾਂ ਦੇ ਉੱਤੇ ਕੋਈ ਹੋਰ ਕੈਂਡੀਡੇਟ ਕਮਾਂਡ ਸੰਭਾਲੇਗਾ ਔਰ ਉਹ ਕੌਣ ਹੋਏਗਾ, ਇਹ ਹਜੇ ਵਕਤ ਦੱਸੇਗਾ, ਜਾਂ ਜੋ ਬਾਈਡਨ ਖੁਦ ਮੈਦਾਨ ਵਿੱਚ ਉਤਰਨਗੇ, ਇਹ ਵੇਖਣ ਵਾਲੀ ਗੱਲ ਹੋਏਗੀ। ਇੱਧਰ ਪ੍ਰਾਈਮ ਮਿਨਿਸਟਰ ਮੋਦੀ ਪਹੁੰਚ ਗਏ ਨੇ ਰਸ਼ੀਆ ਔਰ ਰਸ਼ੀਆ ਦੇ ਨਾਲ ਫਿਰ ਤੋਂ ਰਿਵਾਈਵ ਕਰਨਗੇ ਆਪਣੇ ਰਿਲੇਸ਼ਨਸ, ਔਰ ਉਹਨਾਂ ਨੇ ਇੱਕ ਆਫੀਸ਼ੀਅਲ ਸਟੇਟਮੈਂਟ ਜਾਰੀ ਕੀਤੀ ਆ ਕਿ ਰਸ਼ੀਆ ਦੇ ਨਾਲ ਸੰਬੰਧ ਮਜ਼ਬੂਤ ਹੋਣਾ ਭਾਰਤ ਵਾਸਤੇ ਖੁਸ਼ੀ ਦੀ ਗੱਲ ਹੈ ਔਰ ਇਹ ਦੋਹਾਂ ਦੇਸ਼ਾਂ ਵਾਸਤੇ ਹੋਰ ਤਰੱਕੀਆਂ ਲੈ ਕੇ ਆਏਗਾ। ਨਾਲ ਆਪਾਂ ਹੁਣ ਗੱਲ ਕਰਾਂਗੇ ਗ੍ਰੇਟ ਬ੍ਰਿਟੇਨ ਦੀ, ਜਿੱਥੇ ਇਲੈਕਸ਼ਨਸ ਹੋ ਚੁੱਕੀਆਂ ਨੇ ਔਰ ਉਹਨਾਂ ਬਾਰੇ ਜੋ ਸਾਡੀ ਸਿੱਖ ਕਮਿਊਨਿਟੀ ਹੈ, ਸਿੱਖ ਭਾਈਚਾਰਾ ਹੈ ਜੋ ਰਹਿੰਦਾ ਹੈ ਇੰਗਲੈਂਡ ਦੇ ਵਿੱਚ, ਬ੍ਰਿਟੇਨ ਦੇ ਵਿੱਚ, ਉਹ ਕਿਸ ਤਰ੍ਹਾਂ ਦੀ ਫੀਲਿੰਗਸ ਰੱਖਦਾ ਹੈ ਉਸ ਬਾਰੇ ਗੱਲਬਾਤ ਕਰਾਂਗੇ। ਕਿਉਂਕਿ ਕੈਨੇਡਾ ਦੇ ਵਿੱਚ, ਅਮੈਰੀਕਾ ਦੇ ਵਿੱਚ, ਬਲਕਿ ਦੁਨੀਆ ਦੇ ਹਰ ਮੁਲਕ ਦੇ ਵਿੱਚ ਸਾਡਾ ਸਿੱਖ ਭਾਈਚਾਰਾ ਵੱਸਦਾ, ਗੌਰਮੈਂਟਸ ਦੇ ਕੰਮਾਂ ਦੇ ਵਿੱਚ ਵੀ ਦਖਲ ਰੱਖਦਾ ਹੈ ਕਿਉਂਕਿ ਇੱਥੇ ਤੱਕ ਸਾਡੀ ਪਹੁੰਚ ਹੋ ਚੁੱਕੀ ਹੈ। ਸੋ ਗ੍ਰੇਟ ਬ੍ਰਿਟੇਨ ਦੇ ਕੀ ਹਾਲਾਤ ਨੇ 2024 ਦੀਆਂ ਇਲੈਕਸ਼ਨਸ ਦੇ ਵਿੱਚ, ਲੇਬਰ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਕਿਸ ਤਰ੍ਹਾਂ ਲੈ ਕੇ ਚੱਲ ਰਹੀ ਹੈ ਸਿੱਖ ਕਮਿਊਨਿਟੀ ਨੂੰ, ਔਰ ਕਿੱਦਾਂ ਨਵਾਂ ਇਤਿਹਾਸ ਰਚਿਆ ਗਿਆ ਹੈ ਗ੍ਰੇਟ ਬ੍ਰਿਟੇਨ ਦੀ ਧਰਤੀ ਦੇ ਉੱਤੇ, ਇਸ ਬਾਰੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਕਸਪਰਟ ਡਾਕਟਰ ਉਜਾਗਰ ਸਿੰਘ। ਵੈਲਕਮ ਟੂ ਪੰਜਾਬ ਚਰਚਾ ਡਾਕਟਰ ਸਰ। ਬਹੁਤ ਬਹੁਤ ਧੰਨਵਾਦ ਖੰਨਾ ਸਾਹਿਬ ਤੁਹਾਡਾ, ਤੁਹਾਡੇ ਦਰਸ਼ਕਾਂ ਦਾ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਰਿਸ਼ੀ ਸੋਨਕ ਜੀ ਨੇ ਇੰਨੀ ਜਲਦੀ ਜੋ ਇਲੈਕਸ਼ਨਸ ਅਨਾਊਂਸ ਕੀਤੀਆਂ, ਇਹਦੇ ਪਿੱਛੇ ਕੀ ਸੋਚ ਰਹੀ ਹੋਏਗੀ? ਕਿਉਂਕਿ ਅਸੀਂ ਜਾਣਦੇ ਹਾਂ ਜਦੋਂ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਗਿਆ ਹੈ ਗ੍ਰੇਟ ਬ੍ਰਿਟੇਨ ਦਾ, ਉਦੋਂ ਕਾਫੀ ਅਪੋਜ਼ ਕੀਤਾ ਗਿਆ ਹੈ, ਕਿਤੇ ਨਾ ਕਿਤੇ ਅਸੀਂ ਰੇਸਿਜ਼ਮ ਨੂੰ ਵੀ ਫੀਲ ਕੀਤਾ ਹੈ। ਤਾਂ ਪ੍ਰਾਈਮ ਮਿਨਿਸਟਰ ਰਿਸ਼ੀ ਸੋਨਕ ਨੇ ਜਨਰਲ ਇਲੈਕਸ਼ਨਸ ਘੋਸ਼ਿਤ ਕਰ ਦਿੱਤੀਆਂ, ਇਹਦੇ ਪਿੱਛੇ ਇੱਕ ਬਰੀਫ ਆਂਸਰ ਦਿਓ ਮੈਨੂੰ, ਵਾਈ? ਦੇਖੋ ਖੰਨਾ ਸਾਹਿਬ, ਜਿਹੜਾ ਹਰ ਸਿਆਸਤਦਾਨ ਆ ਜਾਂ ਜੋ ਵੀ ਪ੍ਰਾਈਮ ਮਿਨਿਸਟਰ ਹੈ, ਉਹਨੂੰ ਮਤਲਬ ਇਹ ਹੁੰਦਾ ਹੈ ਵੀ ਉਹ ਆਪਣੀ ਜਿਹੜੀ ਇੰਟੈਲੀਜੈਂਸ ਦੀਆਂ ਰਿਪੋਰਟਾਂ ਹੁੰਦੀਆਂ ਨੇ ਉਹਦੇ ਹਿਸਾਬ ਨੂੰ ਉਹਨੂੰ ਲੱਗਦਾ ਹੁੰਦਾ ਵੀ ਮੈਂ ਜੇ ਹੁਣ ਇਲੈਕਸ਼ਨ ਕਰਾਵਾਂ ਤਾਂ ਜਿੱਤ ਜਾਵਾਂਗਾ। ਤੁਹਾਡੇ ਸਾਹਮਣੇ ਜਿਵੇਂ ਹੁਣ ਫਰਾਂਸ ਦਾ ਹੋਇਆ, ਉਹਨਾਂ ਨੇ ਵੀ ਐਡਵਾਂਸ ਕਰਵਾਈ ਸੀ, ਉਹ ਕਿਸੇ ਨੂੰ ਬਹੁਮਤ ਨਹੀਂ ਮਿਲਿਆ। ਇਹ ਇਹਨਾਂ ਦੀ ਸੋਚ ਹੁੰਦੀ ਆ ਸਿਆਸਤਦਾਨਾਂ ਦੀ ਕਿ ਸਾਨੂੰ ਬਹੁਮਤ ਮਿਲ ਜਾਵੇ ਵੀ ਸਰਕਾਰ ਸਾਡੇ ਹੱਥੋਂ ਨਾ ਜਾਵੇ, ਇਸ ਕਰਕੇ ਉਹਨਾਂ ਨੇ ਇਹ ਇਲੈਕਸ਼ਨ ਅਨਾਊਂਸ ਕੀਤੀ। ਪਰ ਇਸ ਦਾ ਤੁਹਾਨੂੰ ਪਤਾ ਹੀ ਆ ਵੀ ਰਿਜ਼ਲਟ ਜਿਹੜਾ ਨਿਕਲਿਆ, ਇਹਦਾ ਰਿਜ਼ਲਟ ਬਹੁਤ ਸਾਰਥਕ ਨਹੀਂ ਨਿਕਲਿਆ। ਇਹਦੇ ਬਾਰੇ ਹੁਣ ਅਨੈਲਿਸਿਸ ਜਿਹੜਾ ਪੂਰੀ ਡਿਟੇਲ ਹੈ, ਜਿਸ ਤਰ੍ਹਾਂ ਤੁਸੀਂ ਕਹੋਗੇ ਉਸ ਤਰ੍ਹਾਂ ਕਰਾਂਗੇ। ਇਹਦਾ ਸਿਰਫ ਮਤਲਬ ਇਹਦਾ ਸਿਰਫ ਇੱਕੋ ਸੀਗਾ ਕਿ ਇਹਨਾਂ ਨੂੰ ਇਹ ਲੱਗਦਾ ਸੀ ਵੀ ਜੇ ਹੁਣ ਅਸੀਂ ਇਲੈਕਸ਼ਨ ਕਰਾ ਦਈਏ ਇਮੀਡੀਏਟ ਤਾਂ ਸਾਨੂੰ ਬਹੁਮਤ ਆਏਗਾ। ਵੈਸੇ ਵੀ ਇਲੈਕਸ਼ਨ ਡਿਊ ਸੀਗੀ ਖੰਨਾ ਸਾਹਿਬ, 19-24 ਦੇ ਵਿੱਚ ਇਹ ਡਿਊ ਸੀਗੀ, ਇਹ ਇਲੈਕਸ਼ਨ ਹੋਣੀ ਸੀਗੀ। ਹਾਂਜੀ ਜੀ। ਵੈਸੇ ਜਿਹੜੇ ਕੀ ਇਸ਼ੂਜ ਰਹੇ ਨੇ ਐਟ ਸਟੇਕ ਜੋ ਇਲੈਕਸ਼ਨਸ ਦੇ ਵਿੱਚ ਬਾਰ ਬਾਰ ਚੁੱਕੇ ਨੇ ਦੋਵਾਂ ਪਾਰਟੀਆਂ ਨੇ, ਇੱਕ ਤਾਂ ਇਕਨੋਮਿਕ ਸਟੇਬਿਲਿਟੀ ਦੀ ਗੱਲ ਹੋਈ ਹੈ, ਹੈਲਥ ਕੇਅਰ ਦੀ ਗੱਲ ਹੋਈ ਹੈ, ਇਮੀਗ੍ਰੇਸ਼ਨ ਦੀ ਗੱਲ ਹੋਈ ਹੈ, ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਇਸ ਦੀ ਗੱਲ ਹੋ ਰਹੀ ਹੈ,
ਔਰ ਸਭ ਤੋਂ ਵੱਧ ਜੋ ਹੀਟਿਡ ਡਿਸਕਸ਼ਨ ਰਹੀ ਹੈ, ਜੋ ਬੜੀ ਗਰਮਾ ਗਰਮੀ ਦੀ ਬਹਿਸ ਰਹੀ ਹੈ, ਉਹ ਹੈ ਹਾਊਸ ਕ੍ਰਾਈਸਿਸ। ਲੋਕਾਂ ਕੋਲ ਰਹਿਣ ਨੂੰ ਘਰ ਨਹੀਂ ਹੈਗੇ, ਔਰ ਆਲ ਟਾਈਮ ਗਰੋਥ ਇਕੋਨਮੀ ਦੀ ਸਲੋ ਹੈ, ਇਹ ਵੀ ਐਲੀਗੇਸ਼ਨਸ ਆਏ ਨੇ ਰਿਸ਼ੀ ਸੁਨਕ ਗਵਰਨਮੈਂਟ ਦੇ ਉੱਤੇ। ਸੋ ਇਹ ਸਾਰੀਆਂ ਗੱਲਾਂ ਹੋਈਆਂ, ਹਾਲਾਂਕਿ ਕੀਰ ਮਾਰਟਰ ਜਦੋਂ ਬਣੇ ਨੇ ਪ੍ਰਾਈਮ ਮਿਨਿਸਟਰ, ਤਾਂ 10 ਡਾਊਨਿੰਗ ਸਟਰੀਟ ਦੇ ਉੱਤੇ ਜੋ ਉਹਨਾਂ ਨੇ ਅਫੀਸ਼ੀਅਲ ਸਟੇਟਮੈਂਟ ਦਿੱਤੀ ਹੈ, ਉਹਦੇ ਵਿੱਚ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਦੀ ਉਹਨਾਂ ਨੇ ਬੇਹੱਦ ਤਾਰੀਫ ਕੀਤੀ ਹੈ ਕਿ ਉਹਨਾਂ ਨੇ ਗ੍ਰੇਟ ਬ੍ਰਿਟੇਨ ਵਾਸਤੇ ਬਹੁਤ ਕੰਮ ਕੀਤਾ। ਹੁਣ ਆਪਾਂ ਗਰਾਊਂਡ ਰਿਐਲਿਟੀ 'ਤੇ ਆਉਂਦੇ ਹਾਂ। ਇਹਨਾਂ ਸਾਰੇ ਇਸ਼ੂਅਸ ਦੇ ਉੱਤੇ ਲੇਬਰ ਪਾਰਟੀ ਔਰ ਕੰਜ਼ਰਵੇਟਿਵ ਪਾਰਟੀ ਦੋਨਾਂ ਦੀ ਸਾਖ ਕਿਸ ਦੀ ਜ਼ਿਆਦਾ ਮਜ਼ਬੂਤ ਹੈ, ਕਿਹਦੀਆਂ ਪਾਲਿਸੀਜ਼ ਜ਼ਿਆਦਾ ਮਜ਼ਬੂਤ ਨੇ? ਡਾਕਟਰ ਸਰ, ਦੇਖੋ ਖੰਨਾ ਸਾਹਿਬ, ਇੱਕ ਗੱਲ ਬਹੁਤ ਕਲੀਅਰ ਹੈ ਅਤੇ ਜਿਹੜੇ ਬਰਤਾਨੀਆ ਨਿਵਾਸੀ ਨੇ ਜਾਂ ਇੰਗਲੈਂਡ ਨਿਵਾਸੀ ਨੇ ਉਹ ਜਾਣਦੇ ਨੇ ਕਿ ਜਿਹੜੀ ਇਹ ਇਲੈਕਸ਼ਨ ਹੋਈ ਹੈ ਇਹਦੇ ਵਿੱਚ ਜੇ ਆਪਾਂ ਕਹੀਏ ਵੀ ਜਿਹੜਾ ਕੀਰ ਸਟਾਰਮਰ ਹੈ ਜਾਂ ਲੇਬਰ ਪਾਰਟੀ ਹੈ ਵੀ ਉਹਨਾਂ ਦਾ ਇਮੇਜ ਬਹੁਤ ਅੱਛਾ ਸੀ, ਇਹ ਕੋਈ ਐਸੀ ਗੱਲ ਨਹੀਂ ਹੈ। ਸਵਾਲ ਸਿਰਫ ਇੰਨਾ ਰਿਹਾ ਇਸ ਇਲੈਕਸ਼ਨ ਦੇ ਵਿੱਚ, ਜੇ ਆਪਾਂ ਸੋਚੀਏ ਇਹਦੇ ਵਿੱਚ ਇਹ ਵੀ ਸੋਚ ਲਓ ਵੀ ਜਿਹੜੀ ਵੋਟ ਪਰਸੈਂਟੇਜ ਹੋਈ ਹੈ, ਤੁਸੀਂ ਹੈਰਾਨ ਹੋਵੋਗੇ ਵੀ ਲੇਬਰ ਪਾਰਟੀ ਨੂੰ ਸਿਰਫ 34% ਵੋਟ ਪਈ ਹੈ, ਪਹਿਲਾਂ ਨਾਲੋਂ ਥੋੜ੍ਹੀ ਜਿਹੀ ਵੱਧ ਪਈ ਹੈ, ਵੋਟ ਉਹਨਾਂ ਨੂੰ ਬਹੁਤੀ ਨਹੀਂ ਪਈ। ਉਹਨਾਂ ਨੂੰ ਜਿੱਤਣ ਦਾ ਕਾਰਨ ਤਾਂ ਇਹ ਹੋਇਆ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਜਿਹਨਾਂ ਦੇ ਵਿੱਚ ਲਿਬਰਲ ਡੈਮੋਕ੍ਰੈਟ ਪਾਰਟੀ ਹੈ ਜਾਂ ਹੋਰ ਗ੍ਰੀਨ ਪਾਰਟੀ ਹੈ ਜਾਂ ਹੋਰ ਜਿਹੜੀਆਂ ਛੋਟੀਆਂ ਛੋਟੀਆਂ ਪਾਰਟੀਆਂ ਨੇ, ਉਹਨਾਂ ਨੂੰ 40% ਵੋਟ ਪੈ ਗਈ ਹੈ ਜੀ। ਤੇ ਇਸ ਕਰਕੇ ਜਿਹੜੀ ਇਹਨਾਂ ਦੀ ਕੰਜ਼ਰਵੇਟਿਵ ਦੀ ਵੋਟ ਸੀ ਨਾ ਜਿਹੜੀ, ਉਹ ਇਹਨਾਂ ਨੂੰ ਨਹੀਂ ਪਈ, ਉਹ ਉਹਨਾਂ ਨੂੰ ਪੈ ਗਈ। ਉਸ ਪੈਣ ਕਰਕੇ ਇਹਨਾਂ ਦੀਆਂ ਸੀਟਾਂ ਜਿਹੜੀਆਂ ਵੋਟਾਂ ਸਿਰਫ 34% ਤੇ ਜਿਹੜੀ ਰਿਜ਼ਲਟ ਸੀਟਾਂ 60% ਮਿਲ ਗਈਆਂ ਇਹਨਾਂ ਨੂੰ। ਐਗਜ਼ੈਕਟਲੀ। ਤੇ ਇਹ ਸਾਰਾ ਹੋਇਆ ਉਹਦਾ ਜਿਹੜਾ ਕੀਰ ਮਾਰਟਰ ਨੇ ਜਿਹੜਾ ਉਹਦੀ ਸਪੋਰਟ ਕੀਤੀ ਆ ਉਹ ਉਹਨੇ ਸਹੀ ਕੀਤੀ ਆ, ਉਹਦਾ ਅਕਸ ਬਹੁਤ ਅੱਛਾ ਗਿਆ ਸੀ, ਕਿਉਂਕਿ ਦੇਖੋ ਜਦੋਂ ਦੋ ਬੰਦੇ ਹੋਣ ਉਹਨਾਂ ਤੋਂ ਬੰਦਾ ਲੈਸਰ ਈਵਲ ਦੇ ਹਿਸਾਬ ਨਾਲ ਚੱਲਦਾ ਹੈ। ਉਹਨਾਂ ਨੇ ਉਸ ਹਿਸਾਬ ਨੂੰ ਥੋੜ੍ਹੀ ਬਹੁਤੀ ਜਿਹੜੀ ਪਰਸੈਂਟੇਜ ਵਧੀ ਅਤੇ ਉਹਨਾਂ ਦੀ ਵੱਧ ਗਈ ਅਤੇ ਉਹ ਸੀਟਾਂ ਲੈ ਗਏ। ਅਤੇ ਜਿਹੜੀਆਂ ਤੁਸੀਂ ਇਹਨਾਂ ਦੀਆਂ ਗੱਲਾਂ ਕੀਤੀਆਂ ਨੇ ਵੀ ਪੋਲਸੀ ਦੀਆਂ, ਦੇਖੋ ਪੋਲਸੀ ਸਭ ਤੋਂ ਵੱਡਾ ਜਿਹੜਾ ਇਹਨਾਂ ਨੂੰ ਖੋਰਾ, ਚਾਹੇ ਇਹ ਯੂਨੀਅਨ ਤੋਂ ਵੱਖਰੇ ਹੋ ਗਏ, ਚਾਹੇ ਗਾਜ਼ਾ ਵਾਲਾ ਇਸ਼ੂ ਹੋ ਗਿਆ, ਚਾਹੇ ਇਮੀਗ੍ਰੇਸ਼ਨ ਦਾ ਇਸ਼ੂ ਹੋ ਗਿਆ, ਇਹ ਬਹੁਤ ਇਸ਼ੂ ਬੜੇ ਬਰਨਿੰਗ ਇਸ਼ੂ ਰਹੇ ਨੇ। ਲੇਕਿਨ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਰਹੀ ਨਾ ਬਰਤਾਨੀਆ ਦੀ, ਉਹ ਇਕਨੋਮਿਕ ਕ੍ਰਾਈਸਿਸ ਰਹੀ। ਦੇਖੋ ਤੁਸੀਂ 5 ਸਾਲ ਰਾਜ ਕੀਤਾ ਇਹਨਾਂ ਨੇ, ਵੈਸੇ ਤਾਂ 14 ਸਾਲ ਕੀਤਾ, 14 ਸਾਲ ਬਾਅਦ ਲੇਬਰ ਆਏ ਨੇ, ਪਰ 5 ਸਾਲ ਜਿਹੜਾ ਰਾਜ ਕੀਤਾ, 5 ਸਾਲ ਪੰਜ ਤਾਂ ਇਹਨਾਂ ਨੇ ਪ੍ਰਾਈਮ ਮਿਨਿਸਟਰ ਬਦਲਣੇ। ਜੇ ਇਹਨਾਂ ਦੀ ਆਪਣੀ ਪਾਰਟੀ ਦੀ ਸਟੇਬਿਲਿਟੀ ਨਹੀਂ ਸੀ ਜੀ, ਇਸ ਕਰਕੇ ਤੁਸੀਂ ਦੇਖਿਆ ਹੋਣਾ ਜਿਹੜਾ ਕੋਵਿਡ ਹੈ, ਕੋਵਿਡ ਦੇ ਦੌਰਾਨ ਇਹ ਜਿਹੜੀ ਬਰਤਾਨੀਆ ਦੀ ਇਕੋਨਮੀ ਟੋਟਲੀ ਲੜਖੜਾ ਗਈ ਸੀ। ਯੈਸ, ਟੋਟਲੀ। ਅੱਛਾ, ਜਿਹੜਾ ਪਹਿਲਾ ਪ੍ਰਾਈਮ ਮਿਨਿਸਟਰ ਸੀ ਇਹਨਾਂ ਤੋਂ ਜੌਨ, ਉਹਨੇ ਤਾਂ ਆਪਣੇ ਘਰ ਪਾਰਟੀ ਰੱਖ ਲਈ ਸੀ, ਉਹ ਇਸ ਕੰਟਰੋਵਰਸੀ 'ਚ ਰਿਹਾ ਜਿਹੜਾ ਕੋਵਿਡ ਦੇ ਦੌਰਾਨ। ਅਤੇ ਇਹ ਸਾਰੀਆਂ ਬਹੁਤ ਸਾਰੇ ਇਹੋ ਜਿਹੇ ਪੁਆਇੰਟ ਆਏ ਵੀ ਜਿਹਨਾਂ ਕਰਕੇ ਇਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਦੇਖੋ ਲੇਬਰ ਪਾਰਟੀ ਲਈ ਇਸ ਕਰਕੇ ਅੱਛੀ ਗੱਲ ਰਹੀ, ਦੇਖੋ 47 ਸਾਲ ਬਾਅਦ ਜਿਹੜੀ ਲੇਬਰ ਪਾਰਟੀ ਆ ਇੰਨੀ ਇਹਨਾਂ ਨੂੰ ਬਹੁਮਤ ਆਇਆ, ਇਸ ਤੋਂ 47 ਸਾਲ ਤੋਂ ਬਾਅਦ ਪਹਿਲਾਂ ਨਹੀਂ ਇਹਨਾਂ ਨੂੰ ਇੰਨਾ ਬਹੁਮਤ ਆਇਆ, ਹੁਣ ਹੀ ਇਹਨਾਂ ਨੂੰ ਬਹੁਮਤ ਆਇਆ। ਤੁਸੀਂ ਦੇਖੋ ਵੀ ਇਹਨਾਂ ਦੀਆਂ 411 ਸੀਟਾਂ ਆਈਆਂ ਨੇ ਅਤੇ 2019 'ਚ ਕਿੰਨੀਆਂ ਸੀ, 182 ਸੀਗੀਆਂ,
ਇਸ ਕਰਕੇ ਇਹਨਾਂ ਨੂੰ ਇਹ ਜਿਹੜਾ ਇਹ ਵੀ ਅਜੇ ਬਹੁਤਾ ਪੁਰਾਣਾ ਲੀਡਰ ਨਹੀਂ ਹੈ, ਜਿਹੜਾ ਆਪਣਾ ਕੀਰ ਸਟਾਰਮਟਰ ਹੈ ਉਹ 2020 ਦੇ ਵਿੱਚ ਜਿਹੜਾ ਜੇਮਸ ਤੋਂ ਆਇਆ ਸੀ ਪੋਰਮੈਨ ਤੋਂ, ਉਹਨੂੰ ਬਦਲ ਕੇ ਇਹ ਇਹਨਾਂ ਨੇ ਚੁਣਿਆ ਸੀ। ਪਰ ਇਹ ਅਕਸਰ ਦਾ ਇਹ ਆਪਣਾ ਨਹੀਂ ਬਣਾ ਸਕਿਆ, ਪਰ ਫਿਰ ਵੀ ਦੇਖੋ ਬਹੁਤ ਮਤਲਬ ਇਹਨਾਂ ਲਈ ਜਾਂ ਲੱਕੀ ਕਹਿ ਲਓ। ਜੇ ਇੱਕ ਇਹਦੇ ਵਿੱਚ ਇਹ ਵੀ ਆ ਰਿਹਾ, ਜਿਹੜੀਆਂ ਬਰਤਾਨੀਆ ਦੇ ਵਿੱਚ ਰਿਪੋਰਟਾਂ ਆ ਰਹੀਆਂ ਨੇ ਵੀ ਪਿਛਲੇ 200 ਸਾਲ ਤੋਂ ਬਾਅਦ ਇੰਨੀ ਜਿਹੜੀ ਇਹਨਾਂ ਨੇ ਖੁਸ਼ੀ ਮਨਾਈ ਆ, ਇੰਨੀ ਮਤਲਬ ਬਹੁਮਤ ਮਿਲਿਆ, ਇੰਨਾ ਬਹੁਮਤ ਕਦੇ ਮਿਲਿਆ ਹੀ ਨਹੀਂ ਇਹਨਾਂ ਨੂੰ। ਯਾ ਡਾਕਟਰ ਸਰ, ਹੁਣ ਆਪਾਂ ਜੀ ਗੱਲ ਕਰਦੇ ਹਾਂ ਆਪਣੇ ਸਿੱਖ ਭਾਈਚਾਰੇ ਦੀ, ਜੋ ਉੱਥੇ ਉਹਨਾਂ ਨੇ ਕਮਾਲ ਕੀਤੀ ਹੈ, ਇਤਿਹਾਸ ਰਚਿਆ ਹੈ। ਹੁਣ ਇਸ ਬਾਰੇ ਤੁਸੀਂ ਹੀ ਸਭ ਕੁਝ ਸਾਨੂੰ ਦੱਸੋਗੇ। ਮੈਂ ਬਿਲਕੁਲ ਇਸ ਤਰ੍ਹਾਂ ਬੈਠਾਂਗਾ ਜਿਵੇਂ ਇੱਕ ਫਿਲਮ ਚੱਲਣ ਲੱਗੀ ਹੈ ਅਤੇ ਮੈਂ ਦਰਸ਼ਕ ਵਜੋਂ ਦੇਖਣ ਲੱਗਾ। ਇਹ ਜੋ ਮਾਰਕਾ ਮਾਰਿਆ ਹੈ ਗ੍ਰੇਟ ਬ੍ਰਿਟੇਨ ਦੀ ਧਰਤੀ ਦੇ ਉੱਤੇ ਸਾਡੇ ਸਿੱਖ ਭਾਈਚਾਰੇ ਨੇ, ਇਹਦੇ ਬਾਰੇ ਸਾਨੂੰ ਤਫਸੀਲ ਵਿੱਚ ਦੱਸੋ ਜੀ ਡਾਕਟਰ ਸਰ। ਦੇਖੋ ਖੰਨਾ ਸਾਹਿਬ, ਜਿਵੇਂ ਇੰਡੀਆ ਦੇ ਵਿੱਚ ਆਪਣਾ ਪੰਜਾਬ ਆ ਜਿਹੜਾ, ਦੇਖੋ ਪੰਜਾਬ ਹਰ ਕੰਮ ਦੇ ਵਿੱਚ ਲੀਡ ਲੈਂਦਾ। ਜਦੋਂ ਆਮ ਆਦਮੀ ਪਾਰਟੀ ਸ਼ੁਰੂ ਹੋਈ ਸੀ ਪੰਜਾਬ 'ਤੇ, ਉਦੋਂ 3 ਸੀਟਾਂ ਪਾਰਲੀਮੈਂਟ ਦੀਆਂ ਪੰਜਾਬ 'ਚੋਂ ਜਿੱਤੀਆਂ, ਹੋਰ ਕਿਤੋਂ ਨਹੀਂ ਜਿੱਤੀਆਂ। ਅਤੇ ਹੁਣ ਵੀ ਜਿਹੜੀ ਜਿਹੜਾ ਬਦਲਾਅ ਆਇਆ ਜਿਵੇਂ ਪੰਜਾਬ 'ਚ, ਇਸ ਤਰ੍ਹਾਂ ਹੀ ਬਰਤਾਨੀਆ ਦੇ ਵਿੱਚ ਬਦਲਾਅ ਆਇਆ। ਇਹ ਬਦਲਾਅ ਕਰਕੇ ਇਹ ਸਾਰਾ ਕੁਛ ਹੋਇਆ ਹੈ। ਦੇਖੋ ਸਭ ਤੋਂ ਪਹਿਲਾਂ ਜਿਹੜਾ ਸਾਡਾ ਇੰਡੀਅਨ ਸੀ ਜਾਂ ਪੰਜਾਬੀ ਸਿੱਖ ਕਹਿ ਲਓ, ਪਿਆਰਾ ਸਿੰਘ ਖਾਬੜਾ ਸੀ, ਜਿਹੜਾ 92 ਤੋਂ ਲੈ ਕੇ 2007 ਤੱਕ ਉੱਥੇ ਹਾਊਸ ਆਫ ਕਾਮਨਸ ਦਾ ਮੈਂਬਰ ਰਿਹਾ ਟਿਲ ਡੈਥ। ਤੇ ਟਿਲ ਡੈਥ, ਉਸ ਤੋਂ ਬਾਅਦ ਵਰਿੰਦਰ ਸ਼ਰਮਾ ਜੀ ਬਣੇ ਸੀਗੇ ਉਸੇ ਤੋਂ ਆਪਣਾ ਸੀਟ ਤੋਂ। ਤੇ ਇਹ ਜਿਹੜਾ ਖਾਬੜਾ ਸੀਗਾ ਖੰਨਾ ਸਾਹਿਬ, ਉਹ ਮਤਲਬ 5ਵਾਂ ਏਸ਼ੀਅਨ ਸੀਗਾ ਉਹ ਜੀ। ਇੰਡੀਅਨ ਇੰਡੀਅਨ ਦੇ ਵਿੱਚੋਂ ਪੰਜਾਬੀ ਸਿੱਖ ਤਾਂ ਪਹਿਲਾ ਸੀ। ਉਸ ਤੋਂ ਬਾਅਦ ਫਿਰ ਇਹ ਜਿਹੜਾ ਸਿਸਟਮ ਹੈ ਇਹ ਚੱਲ ਪਿਆ। ਦੇਖੋ ਅਮੈਰੀਕਾ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ ਆਪਣੇ ਕਿੰਨੇ 18 MP ਆਏ, ਉਸੇ ਤਰੀਕੇ ਨਾਲ ਇਹਨਾਂ ਨੇ ਸਾਡੇ ਪੰਜਾਬੀਆਂ ਨੇ ਜਾਂ ਕਹਿ ਲਓ ਜਾਂ ਸਿੱਖਾਂ ਨੇ ਕਹਿ ਲਓ, ਇਹਨਾਂ ਨੇ ਸਾਡੇ ਇਹ ਲਿਆਂਦੇ। ਇਹ 13 ਸਿੱਖ ਨੇ, 13 ਪੰਜਾਬੀ ਨੇ ਇਹਦੇ ਵਿੱਚ। ਵੈਸੇ 12 ਹੈਗੇ ਲੇਬਰ ਪਾਰਟੀ ਚੋਂ, ਇੱਕ ਗਗਨ ਮਹਿੰਦਰਾ ਹੈਗਾ ਜਿਹੜਾ ਕੰਜਰਵੇਟਿਵ ਪਾਰਟੀ ਦਾ ਹੈਗਾ, ਉਹ ਵੀ ਦੂਜੀ ਵਾਰ ਬਣਿਆ। ਇਹ ਜਿਹੜੇ ਇਹਦੇ ਵਿੱਚ 4 ਸਿੱਖ ਨੇ ਆਪਣੇ। ਦੇਖੋ ਸਭ ਤੋਂ ਵੱਡੀ ਗੱਲ ਹੈ ਵੀ 4 ਸਿੱਖ ਆਪਣੇ ਵੇਲੇ, ਤਨਮਨਜੀਤ ਸਿੰਘ ਢੇਸੀ ਆ ਜਿਹੜਾ, ਇਹ ਇਹ ਤੀਜੀ ਵਾਰ ਬਣਿਆ। ਪ੍ਰੀਤ ਕੌਰ ਗਿੱਲ ਹੈ, ਇਹ ਤੀਜੀ ਵਾਰ, ਦੋਨੋਂ ਨਾ ਇਹ ਸ਼ੈਡੋ ਮਿਨਿਸਟਰ ਰਹੇ ਨੇ ਪਿਛਲੀ ਸਰਕਾਰ ਦੇ ਵਿੱਚ। ਇਹ ਬਾਹਰ ਰਿਵਾਜ ਆ, ਇਹ ਬਹੁਤ ਅੱਛੀ ਗੱਲ ਹੈ। ਇਹ ਹੁੰਦਾ ਵੀ ਜਿਹੜੇ ਮਹਿਕਮੇ ਦੇ ਕੋਈ ਮਿਨਿਸਟਰ ਕੰਮ ਠੀਕ ਨਹੀਂ ਕਰਦਾ ਜਾਂ ਗਲਤ ਕਰਦਾ, ਜੋ ਠੀਕ ਸਮਝਦੇ ਨੇ, ਇਹ ਸ਼ੈਡੋ ਮਿਨਿਸਟਰ ਉਹਦੀਆਂ ਗਲਤੀਆਂ ਕੱਢ ਕੇ ਉਸਦੇ ਬਾਰੇ ਉਹ ਹਾਊਸ ਆਫ ਕਾਮਨ ਦੇ ਵਿੱਚ ਜਾਂ ਆਪਣੀ ਪਾਰਟੀ ਦੇ ਵਿੱਚ ਉਹ ਅੱਗੇ ਲਿਆਉਂਦੇ ਨੇ। ਇਹ ਦੋਨੋਂ ਸ਼ੈਡੋ ਔਰ ਦੋਨੋਂ ਤੇਜ਼ ਤਰਾਰ ਰਹੇ ਨੇ। ਦੇਖੋ ਸਭ ਤੋਂ ਵੱਡਾ ਜਿਹੜੀ ਇਹਨਾਂ ਦੀ ਗੱਲ ਰਹੀ ਹੈ ਸਿੱਖ ਮਸਲਿਆਂ ਤੇ, ਪੰਜਾਬੀ ਮਸਲਿਆਂ ਤੇ ਤੇ ਇੰਡੀਅਨ ਮਸਲਿਆਂ ਤੇ। ਇਹਨਾਂ ਨੇ ਹਮੇਸ਼ਾ ਇੰਡੀਆ ਦੇ ਲੋਕਾਂ ਦਾ ਜਿਆਦਾ ਹੋਈ ਆ, ਪੰਜਾਬੀਆਂ ਨੇ ਔਰ ਸਿੱਖਾਂ ਨੇ, ਇਹਨਾਂ ਨੇ ਦੋਨਾਂ ਨੇ ਬਹੁਤ ਜ਼ੋਰ ਸ਼ੋਰ ਨਾਲ ਮਸਲਾ ਉਠਾਇਆ, ਜਿਹਨਾਂ ਨੂੰ ਤੇਜ਼ ਤਰਾਰ ਲੀਡਰ ਕਹਿੰਦੇ ਨੇ ਜੀ। ਇਹ ਇਹ ਦੋਨੋਂ ਦੇਖੋ, ਦੋ ਹੋਰ ਦਸਤਾ ਤਾਲੀ, ਜਸਵੀਰ ਸਿੰਘ ਅਟਵਾਲ ਤੇ ਵਰਿੰਦਰ ਸਿੰਘ ਜਸ ਤੇ ਗੁਰਿੰਦਰ ਸਿੰਘ ਜੋਸਨ, ਇਹ 4 ਤਾਂ ਸਾਡੇ ਮਤਲਬ ਜਿਹੜੇ ਪਗੜੀ ਦਸਤਾਰਧਾਰੀ ਸਿੱਖ ਨੇ। ਇਹਨਾਂ ਕੋਲ ਜਿਹੜੀਆਂ ਪੰਜ ਔਰਤਾਂ ਨੇ ਉਹ ਵੀ ਸਿੱਖ ਪਰਿਵਾਰਾਂ ਚੋਂ ਨੇ, ਜਿਹੜੀਆਂ ਪੰਜ ਵੀ ਹੈਗੀਆਂ ਨਾ,
ਜਿਵੇਂ ਪ੍ਰੀਤ ਕੌਰ ਗਿੱਲ ਹੈ, ਕੀਰਤੀ ਆਹਲੂਵਾਲੀਆ, ਹਰਪ੍ਰੀਤ ਕੌਰ ਉੱਪਲ, ਸਤਵੀਰ ਕੌਰ ਹੈ, ਤੇ ਇਹ ਸਾਡੇ ਇਹ ਵੀ ਹੈਗੀਆਂ ਦੋ। ਬਾਕੀ ਸੋਨੀਆ ਕੌਰ ਤੇ ਸੀਮਾ ਮਲਹੋਤਰਾ ਵੀ, ਸੀਮਾ ਮਲਹੋਤਰਾ ਵੀ ਦੂਜੀ ਵਾਰ ਹੋਈ ਆ। ਇਸ ਕਰਕੇ ਸਾਡੇ ਜਿਹੜੇ ਇਹ 12 ਹੋਏ ਨੇ। ਐਤਕੀ ਇੱਕ ਹੋਰ ਵੀ ਬੜੀ ਕਮਾਲ ਦੀ ਗੱਲ ਹੈ ਵੀ ਜਿਹੜੇ ਆਜ਼ਾਦ ਉਮੀਦਵਾਰ ਨੇ ਉਹ 1950 ਤੋਂ ਬਾਅਦ ਪਹਿਲੀ ਵਾਰ ਬਰਤਾਨੀਆ ਦੇ ਹਾਊਸ ਆਫ ਕਾਮਨਸ ਸਭ ਤੋਂ ਵੱਧ ਆਏ ਨੇ। ਤੇ ਇੱਕ ਹੈਰਾਨੀ ਦੀ ਗੱਲ ਹੈ ਬਈ ਉਹਨਾਂ ਦੇ ਵਿੱਚ ਇੱਕ ਸਾਡਾ ਪੰਜਾਬੀ ਹੈ ਜੀ, ਸਭ ਤੋਂ ਵੱਡੀ ਗੱਲ ਹੈ। ਜਿਹੜੇ 14 ਟੋਟਲ 26 ਭਾਰਤ ਵਾਸੀ ਜਿਹੜੇ ਹੈਗੇ ਨਾ ਉਹਨਾਂ ਨੇ ਇਲੈਕਸ਼ਨ ਜਿੱਤੀ ਹੈ ਜੀ, 26 ਨੇ। 26 ਦੇ ਵਿੱਚੋਂ ਜਿਹੜੇ 14 ਨੇ ਉਹ ਕੰਜ਼ਰਵੇਟਿਵ ਪਾਰਟੀ ਦੇ ਨਾ, ਉਹਨਾਂ ਦੇ ਵਿੱਚੋਂ ਦੱਸੋ ਰਿਸ਼ੀ ਸੁਨਕ ਵੀ ਆ, ਪ੍ਰੀਤੀ ਪਟੇਲ ਵੀ ਆ, ਬਰੇਵਰ ਮੈਨ ਵੀ ਆ, ਮਤਲਬ ਬਹੁਤ ਸਾਰੇ ਨਿਵੇਦੂ ਵੀ ਹੈ, ਮਤਲਬ ਬੰਦੇ 13-14 ਉਹਨਾਂ ਦੇ ਵੀ ਹੈਗੇ। ਇਹ ਬੜੀ ਕਮਾਲ ਦੀ ਇਹਨਾਂ ਨੇ ਗੱਲ ਕੀਤੀ ਆ, ਮਤਲਬ ਜਿਵੇਂ ਕਹਿੰਦੇ ਨੇ ਸਿੱਖਾਂ ਦੀ ਇਹਨਾਂ ਨੇ ਪਛਾਣ ਬਣਾਈ ਆ, ਜਿਵੇਂ ਸਿੱਖਾਂ ਦੀ ਪਛਾਣ ਦਾ ਰੌਲਾ ਪੈਂਦਾ ਸੀ ਜਾਂ ਸਾਰਾ ਕੁਛ ਸੀ, ਲੇਕਿਨ ਇਹਨਾਂ ਨੇ ਸਾਡਾ ਜਿਹੜਾ ਪੰਜਾਬੀਆਂ ਦਾ ਮਾਣ ਆ ਜਿਹੜਾ ਬਹੁਤ ਵਧਾਇਆ। ਤੇ ਜਿਹੜਾ ਤੁਸੀਂ ਦੇਖੋ ਜਿਹੜਾ ਢੇਸੀ ਆ, ਤਨਮਨਜੀਤ ਸਿੰਘ ਢੇਸੀ, ਇਸ ਨੇ 57% ਵੋਟ ਲਈ ਆ ਆਪਣੇ ਹਲਕੇ ਚੋਂ, ਮਤਲਬ ਵੱਡੀ ਗੱਲ ਆ ਇਹ। ਇਹਨਾਂ ਦੇ ਵਿੱਚੋਂ ਜਿਹੜੇ 12 ਪੰਜਾਬੀ ਨੇ ਜਾਂ ਸਿੱਖ ਪਰਿਵਾਰਾਂ ਦੇ ਨੇ, ਇਹਨਾਂ ਦੇ ਵਿੱਚੋਂ 8 ਨੇ ਪਹਿਲੀ ਵਾਰ ਮਤਲਬ ਹਾਊਸ ਆਫ ਕਾਮਨਸ ਦੇ ਵਿੱਚ ਜਾਣਾ, ਇਹ ਵੀ ਬਹੁਤ ਵੱਡੀ ਗੱਲ ਹੈ। ਇਹ ਦੇਖੋ ਇਹਦੇ ਵਿੱਚ ਹੋਰ ਜਿਹੜੀਆਂ ਇਹ ਐਤਕੀ ਚੋਣ ਆ ਨਾ, ਇਹਦੇ ਵਿੱਚ ਬਹੁਤ ਸਾਰੀਆਂ ਵਿਲੱਖਣਤਾਵਾਂ ਹੋਈਆਂ ਨੇ। ਦੇਖੋ ਜਿਹੜਾ 650 ਦਾ ਹਾਊਸ ਹੈ, 61% ਮਤਲਬ 407 ਇਹਦੇ ਵਿੱਚ ਮਰਦ ਮੈਂਬਰ ਨੇ ਹਾਊਸ ਆਫ ਕਾਮਨਸ ਦੇ, 39% 242 ਔਰਤਾਂ ਨੇ। ਇਹ ਵੀ ਵੱਡੀ ਗੱਲ ਹੈ, ਇਹ ਵੀ ਇੰਨੀ ਪਹਿਲਾਂ ਕਦੇ ਕਦੇ ਨਹੀਂ ਹੋਇਆ ਜਿਹੜਾ। ਅੱਛਾ ਦੇਖੋ ਇੱਕ ਹੋਰ ਵੱਡੀ ਗੱਲ ਕੀਤੀ ਉਹਨਾਂ ਨੇ ਜਿਹੜਾ ਪ੍ਰਾਈਮ ਮਿਨਿਸਟਰ ਨੇ ਕੀਰ ਨੇ, ਕਿ ਉਹਨੇ ਆਪਣੀਆਂ 3 ਔਰਤਾਂ, ਦੇਖੋ ਔਰਤਾਂ ਦੀ ਬਹੁਤ ਵੱਡੀ ਗੱਲ ਲਿਖਾਈ ਆ, 3 ਔਰਤਾਂ ਆਪਣੀ ਕੈਬਨਿਟ ਦੇ ਵਿੱਚ ਲਈਆਂ। ਜਿਹੜੀ ਡਿਪਟੀ ਪ੍ਰਾਈਮ ਮਿਨਿਸਟਰ ਬਣਾਈ ਆ ਐਂਜਲ ਰੇਨਰ ਬਣਾਈ ਆ ਉਹਨਾਂ ਨੇ ਜੀ, ਉਪ ਪ੍ਰਧਾਨ ਮੰਤਰੀ, ਤੇ ਇਸਤਰੀ ਆ ਜਿਹੜੀ ਰੀਚੇਲ ਜੇਵਿਸ ਆ ਨਾ, ਉਹ ਪਹਿਲੀ ਵਾਰੀ ਬਰਤਾਨੀਆ ਦੀ ਹਿਸਟਰੀ ਦੇ ਵਿੱਚ 803 ਸਾਲ ਤੋਂ ਬਰਤਾਨੀਆ ਦੇ ਵਿੱਚ ਲੋਕ ਇਹ ਚੱਲ ਰਿਹਾ ਹਾਊਸ ਆਫ ਕਾਮਨਸ ਦਾ, ਪਹਿਲੀ ਵਾਰ ਮਤਲਬ ਫਾਈਨਾਂਸ ਮਿਨਿਸਟਰ ਜਿਹੜੀ ਉਹਨਾਂ ਨੇ ਇੱਕ ਔਰਤ ਬਣੀ ਆ ਉੱਥੇ, ਤੇ ਇਹ ਬਹੁਤ ਵੱਡੀ ਗੱਲ ਆ। ਤੇ ਇਸ ਤੋਂ ਬਾਅਦ ਜਿਹੜੇ ਇਹਨਾਂ ਨੇ ਜਿਹੜੀਆਂ 3 ਮਤਲਬ ਆਈ ਆ, ਨੰਬਰ 1 ਤੇ ਲੇਬਰ, ਨੰਬਰ 2 ਤੇ ਕੰਜ਼ਰਵੇਟਿਵ 121, ਨੰਬਰ 3 ਤੇ ਲਿਬਰਲ ਜਿਹੜੀ ਡੈਮੋਕ੍ਰੈਟ, ਲਿਬਰਲ ਡੈਮੋਕ੍ਰੈਟ 71 ਸੀਟਾਂ ਉਹਨਾਂ ਨੇ ਲੈ ਲਈਆਂ। ਬਾਕੀ ਛੋਟੀਆਂ ਮੋਟੀਆਂ ਪਾਰਟੀਆਂ ਨੇ 4-4, 5-5 ਸੀਟਾਂ ਲੈ ਲਈਆਂ, ਉਹਨਾਂ ਨੇ ਵੀ ਬਹੁਤ ਵੱਡੀ ਗੱਲ ਕੀਤੀ ਹੈ। ਤੇ ਜਾਣੀ ਮਤਲਬ ਖਾਸ ਤੌਰ ਤੇ ਮੈਂ ਤਾਂ ਇਹ ਦੱਸਣਾ ਚਾਹੁੰਦਾ ਜਿਹੜੇ ਪੰਜਾਬੀ ਨੇ ਨਾ, ਇਹਨਾਂ ਨੇ ਮਤਲਬ ਜਿੰਨਾ ਕਮਾਲ ਪੰਜਾਬੀਆਂ ਨੇ ਕੀਤਾ ਉਹਨਾਂ ਕਿਸੇ ਵੀ ਮਤਲਬ ਕੰਟਰੀ ਦੇ ਵਿੱਚ ਹੋਰ, ਕੈਨੇਡਾ ਤੇ ਅਮੈਰੀਕਾ ਤੋਂ ਬਿਨਾਂ, ਵੈਸੇ ਦੁਨੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਦੁਨੀਆਂ ਦੇ ਵਿੱਚ ਕੋਈ ਡੈਮੋਕ੍ਰੈਟਿਕ ਕੰਟਰੀ ਐਸਾ ਨਹੀਂ ਹੈਗਾ ਜਿੱਥੇ ਕੋਈ ਪੰਜਾਬੀ ਜਾਂ ਸਿੱਖ ਮੰਤਰੀ ਨਹੀਂ ਹੈਗਾ ਤੇ ਜਾਂ MP ਨਹੀਂ ਹੈਗਾ। ਇਹ ਇਹਨਾਂ ਦੀ ਬਹੁਤ ਵੱਡੀ ਗੱਲ ਆ। ਤਨਮਨਜੀਤ ਸਿੰਘ ਢੇਸੀ, ਦੇਖੋ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣਾ, ਜਿਹੜੇ ਸਾਡੇ 3 MP ਨੇ ਇਹ 3 ਜਲੰਧਰ ਤੋਂ ਨੇ, ਢੇਸੀ ਵੀ ਜਲੰਧਰ ਤੋਂ ਆ, ਪ੍ਰੀਤ ਕੌਰ ਗਿੱਲ ਵੀ ਜਲੰਧਰ ਤੋਂ ਆ, ਜਸਵੀਰ ਸਿੰਘ ਅਠਵਾਲ ਦਾ ਕੜਿਆਲ ਪਿੰਡ ਆ, ਕੜਿਆਲਾ ਕੜਿਆਣਾ ਪਿੰਡ ਆ, ਉਹ ਵੀ ਮਤਲਬ ਜਲੰਧਰ ਤੋਂ ਆ। ਜਿਹੜਾ ਢੇਸੀ ਆ 9 ਸਾਲ ਤੱਕ ਤਾਂ ਇੱਥੇ ਪੜ੍ਹਿਆ ਇੰਡੀਆ ਦੇ ਵਿੱਚ,
ਲੇਕਿਨ 9 ਸਾਲ ਚਲਾ ਗਿਆ ਸੀ, ਫਿਰ ਉਹਨੇ ਆਕਸਫੋਰਡ ਤੇ ਕੈਂਬਰਿਜ ਚੋਂ ਪੜ੍ਹਿਆ ਹੋਰ। ਜੀ ਮਤਲਬ ਇਹ ਬਹੁਤ ਵੱਡੀ ਗੱਲ ਆ ਸਾਡੇ, ਸਾਡਾ ਜਿਹੜਾ ਮਤਲਬ ਇਹਨਾਂ ਨੇ ਇੱਕ ਹੋਰ ਦੇਖੋ ਤਨਮਨ ਢੇਸੀ, ਪਤਾ ਨਹੀਂ ਕਿਉਂ ਮੰਤਰੀ ਨਹੀਂ ਬਣਾਇਆ ਅਜੇ ਤੱਕ, ਤਨਮਨਜੀਤ ਸਿੰਘ ਢੇਸੀ ਆ ਜਿਹੜੀ ਆਲ ਪਾਰਟੀ ਹੁੰਦੀ ਆ ਪਾਰਲੀਮੈਂਟਰੀ ਗਰੁੱਪ ਹੁੰਦਾ ਹਾਊਸ ਆਫ ਕਾਮਨਸ ਦਾ, ਜੀ ਉਹਦਾ ਚੇਅਰ ਰਿਹਾ ਉੱਥੇ, ਮੁਖੀ ਨੂੰ ਚੇਅਰ ਕਹਿੰਦੇ ਨੇ, ਇਹਦਾ ਚੇਅਰ ਰਿਹਾ। ਹਾਂਜੀ ਹੋਰ ਕੋਈ ਗੱਲ ਤੁਸੀਂ? ਬਹੁਤ ਵਧੀਆ ਤੁਸੀਂ ਸਾਰਾ ਐਕਸਪਲੇਨ ਕੀਤਾ, ਔਰ ਮੈਂ ਚਾਹੁੰਦਾ ਸੀਗਾ ਕਿ ਤੁਹਾਡੀਆਂ ਜਿਹੜੀਆਂ ਭਾਵਨਾਵਾਂ ਨੇ ਨਾ ਉਹ ਵੀ ਨਾਲ ਉਜਾਗਰ ਹੋਣ ਤੁਹਾਡੇ ਨਾਂ ਦੇ ਮੁਤਾਬਿਕ, ਸੋ ਭਾਵਨਾਵਾਂ ਨਾਲ ਆਈਆਂ ਨੇ, ਔਰ ਵਾਕਈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਕਿੱਦਾਂ ਦਿਲੋਂ ਇਸ ਚੀਜ਼ ਨੂੰ ਫੀਲ ਕਰਦੇ ਹੋ ਔਰ ਪ੍ਰਾਊਡ ਫੀਲ ਕਰਦੇ ਹੋ ਕਿ ਕਿੱਦਾਂ ਕਨੇਡਾ, ਅਮਰੀਕਾ ਅਤੇ ਹੁਣ ਗ੍ਰੇਟ ਬ੍ਰਿਟੇਨ ਦੀ ਧਰਤੀ ਦੇ ਉੱਤੇ ਸਿੱਖ ਭਾਈਚਾਰੇ ਨੇ, ਪੰਜਾਬੀ ਭਾਈਚਾਰੇ ਨੇ ਇੱਕ ਨਵਾਂ ਇਤਿਹਾਸ ਰਚਿਆ। ਔਰ ਵਾਕਈ ਹੀ ਜੇ ਅਸੀਂ ਵਿਦੇਸ਼ਾਂ 'ਚ ਜਾ ਕੇ ਵੱਸਦੇ ਹਾਂ ਤਾਂ ਉੱਥੇ ਵੀ ਜਾ ਕੇ ਆਪਣੀ ਪ੍ਰੈਜੈਂਸ ਨੂੰ, ਆਪਣੀ ਹੋਂਦ ਨੂੰ ਮਹਿਸੂਸ ਕਰਵਾਉਂਦੇ ਹਾਂ। ਜੇ ਇਸੇ ਲਾਈਟ 'ਚ ਆਪਾਂ ਇੱਕ ਬਰੀਫ ਜਿਹੀ ਸਟੇਟਮੈਂਟ ਤੁਹਾਡੇ ਕੋਲੋਂ ਮੈਂ ਚਾਹੂੰਗਾ, ਆਪਣੇ ਪੰਜਾਬ ਨੂੰ ਦੇਖੀਏ, ਅੱਜ ਪੰਜਾਬ ਦਾ ਜੋ ਹਾਲ ਹੈ ਇਹ ਤੁਹਾਡੀਆਂ ਕੀ ਭਾਵਨਾਵਾਂ ਆਉਂਦੀਆਂ ਨੇ ਡਾਕਟਰ ਸਰ? ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ 2.5 ਸਾਲ ਪਹਿਲਾਂ ਬਦਲਾਅ, ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ, ਪਾਰਲੀਮੈਂਟ ਦੀਆਂ 3 ਸੀਟਾਂ ਦਿੱਤੀਆਂ, ਐਤਕੀ ਵੀ ਇਹਨਾਂ ਨੂੰ 3 ਸੀਟਾਂ ਦਿੱਤੀਆਂ ਨੇ, ਬਦਲਾਅ ਲਿਆਂਦਾ ਬੜੇ ਮਾਣ ਨਾਲ। ਮੈਂ ਇਹ ਨਹੀਂ ਕਹਿੰਦਾ ਵੀ ਸਰਕਾਰ ਕੁਛ ਕਰ ਨਹੀਂ ਰਹੀ, ਪਰ ਸਰਕਾਰ ਦੇ ਵਿੱਚ ਸਰਕਾਰ ਦੀ ਪ੍ਰੋਬਲਮ ਇਹ ਆ ਰਹੀ ਹੈ ਵੀ ਸਰਕਾਰ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਪੋਲਿਸੀ ਹੈ ਨਾ, ਜਾਂ ਇਹਨਾਂ ਨੂੰ ਕਹਿ ਲਓ ਇਹ ਨਵੇਂ ਹੋਣ ਕਰਕੇ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਨਹੀਂ ਆਉਂਦੀ। ਦੇਖੋ ਗੈਂਗਸਟਰਿਜ਼ਮ ਆ ਜਿਹੜਾ ਉਹ ਕਿਵੇਂ ਵੱਧ ਰਿਹਾ, ਦੇਖੋ ਕਤਲੇਆਮ ਕਿਵੇਂ ਹੋ ਰਹੇ ਨੇ, ਆਹ ਪਿਛਲੇ 1 ਹਫ਼ਤੇ ਦੇ ਵਿੱਚ ਕਿੰਨਾ ਲੋਕ ਮਾਰੇ ਨੇ, ਕਿਸ ਤਰ੍ਹਾਂ ਹੋ ਰਿਹਾ। ਆਹ ਲੁਧਿਆਣੇ ਤੁਹਾਡੇ ਕੋਲ ਜਲੰਧਰ ਦੇ ਸ਼ਿਵ ਸੈਨਾ ਦੇ ਲੀਡਰ 'ਤੇ ਕਿਸ ਤਰ੍ਹਾਂ ਹਮਲਾ ਹੋਇਆ, ਅਤੇ ਇਹ ਸਾਡੇ ਮਤਲਬ ਪੰਜਾਬ ਦੀ ਜਿਹੜੀ ਵੱਡੀ ਨਸ਼ਿਆਂ ਦਾ ਤਾਂ ਹੈਗਾ ਹੀ ਸੀਗਾ, ਪਰ ਹੁਣ ਨਵਾਂ ਹੀ ਇਹ ਜਿਹੜਾ ਚੱਲ ਪਿਆ, ਇਹ ਬਹੁਤ ਮਾੜੀ ਗੱਲ ਹੋ ਰਹੀ ਹੈ। ਅਸੀਂ ਪੰਜਾਬੀ, ਸਾਡਾ ਜਿਹੜਾ ਸਿੱਖ ਧਰਮ ਹੈ, ਵੈਸੇ ਤਾਂ ਧਰਮ ਕੋਈ ਵੀ ਹੁੰਦਾ ਉਹ ਕਦੇ ਵੀ ਕਿਸੇ ਨੂੰ ਮਾਰਨ ਲਈ ਨਹੀਂ ਕਹਿੰਦਾ, ਉਹ ਹਮੇਸ਼ਾ ਸਦਭਾਵਨਾ ਦੀ ਗੱਲ ਕਰਦਾ। ਧਰਮ ਧਰਮ ਹੋਇਆ ਕਿਹੜਾ ਜੇ ਕਿਸੇ ਨੂੰ ਮਾਰਨ ਦੀ ਗੱਲ ਕਰੇ, ਪਰ ਪੰਜਾਬ ਦੇ ਵਿੱਚ ਜੋ ਅੱਜ ਹਾਲਾਤ ਬਣੇ ਹੋਏ ਨੇ ਇਹ ਚਿੰਤਾ ਦਾ ਵਿਸ਼ਾ ਹੈ। ਇਹ ਮਤਲਬ ਲੋਕ ਇਸ ਗੱਲ ਨੂੰ ਘਬਰਾਏ ਹੋਏ ਨੇ ਵੀ ਇਹ ਕੀ ਹੋ ਰਿਹਾ, ਇਹ ਹੋਣਾ ਨਹੀਂ ਚਾਹੀਦਾ। ਇਹ ਕਿਉਂਕਿ ਜਿਹੜੇ ਦੇਖੋ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਸਾਡੇ, ਇੱਕ ਤਾਂ ਸਾਡੇ ਸਿਆਸਤਦਾਨਾਂ ਨੂੰ ਮੈਂ ਬੇਨਤੀ ਕਰਾਂਗਾ, ਚੋਣਾਂ ਤਾਂ ਹੁੰਦੀਆਂ ਰਹਿਣੀਆਂ ਨੇ, ਸਰਕਾਰਾਂ ਬਣਦੀਆਂ ਰਹਿਣੀਆਂ ਨੇ, ਸਰਕਾਰਾਂ ਬਦਲਦੀਆਂ ਰਹਿਣੀਆਂ ਨੇ, ਇਹ ਕੋਈ ਵੱਡੀ ਗੱਲ ਨਹੀਂ ਹੈ। ਪਰ ਪੰਜਾਬ ਦੇ ਲੋਕਾਂ ਦਾ ਰਹਿਣਾ, ਰਹਿਣੀ ਸਹਿਣੀ, ਜਿਹੜੀ ਸਦਭਾਵਨਾ, ਇਹ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ। ਅਸੀਂ ਜਿਹੜੇ ਧਰਮਾਂ ਤੋਂ ਅਸੀਂ ਕੀ ਸਿੱਖਦੇ ਹਾਂ, ਨਾਲੇ ਸਿੱਖ ਧਰਮ ਸਾਡਾ ਸਰਬੱਤ ਦੇ ਭਲੇ ਦਾ ਹੈਗਾ, ਇਸ ਕਰਕੇ ਪੰਜਾਬ ਨੂੰ ਮੇਰੀ ਇਹ ਬੇਨਤੀ ਹੈ ਵੀ ਲੀਡਰ ਨੇ ਜਿਹੜੇ ਨਾ ਉਹ ਪੰਜਾਬ ਨਾਲ ਪੰਜਾਬੀਅਤ ਵਾਲਾ ਵਿਵਹਾਰ ਕਰਨ, ਉਹ ਇਸ ਤਰ੍ਹਾਂ ਦਾ ਵਿਵਹਾਰ ਨਾ ਕਰਨ ਕਿ ਸਿਰਫ ਵੋਟਾਂ ਦੇ ਮਗਰ ਪੈ ਕੇ ਦੂਸ਼ਣਬਾਜ਼ੀ ਦੇ ਹਿਸਾਬ ਨਾਲ ਇੱਕ ਦੂਜੇ ਦੇ ਖਿਲਾਫ਼ ਚੱਲ ਕੇ ਸਦਭਾਵਨਾ ਦਾ ਮਾਹੌਲ, ਮੈਂ ਇਹ ਸਮਝਦਾ ਕਿ ਸਾਡੇ ਲੀਡਰ ਇਹ ਮਾਹੌਲ ਖਰਾਬ ਕਰ ਰਹੇ ਨੇ। ਪੰਜਾਬ ਦੇ ਲੋਕ ਨਹੀਂ ਚਾਹੁੰਦੇ, ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਨੇ, ਕਿਉਂਕਿ ਸੁੱਖ ਬਚਣਗੇ ਤਾਂ ਹੀ ਵਿਕਾਸ ਪੰਜਾਬ ਦਾ ਹੋਏਗਾ, ਤਾਂ ਹੀ ਬੱਚੇ ਉਹਨਾਂ ਦੇ ਅੱਗੇ ਪ੍ਰਾਪਤੀਆਂ ਕਰ ਸਕਣਗੇ। ਮੇਰੀ ਤਾਂ ਇੰਨੀ ਹੋ ਬੇਨਤੀ ਹੈ। ਹਾਂਜੀ ਖੰਨਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਆਪਣੀਆਂ ਜਿਹੜੀਆਂ ਭਾਵਨਾਵਾਂ ਸਾਨੂੰ ਐਕਸਪਲੇਨ ਕੀਤੀਆਂ, ਮੈਂ ਤੁਹਾਡੇ ਨਾਂ ਦੇ ਮੁਤਾਬਿਕ ਹੀ ਕਹਾਂਗਾ, ਉਜਾਗਰ ਕੀਤੀਆਂ ਆਪਣੀਆਂ ਭਾਵਨਾਵਾਂ, ਸੋ ਇਹ ਬਹੁਤ ਮਜ਼ਾ ਆਇਆ ਹੈ, ਔਰ ਨਾਲ ਸਾਨੂੰ ਇੱਕ ਸੋਚਣ ਵਾਸਤੇ ਵੀ ਸੇਧ ਮਿਲਦੀ ਹੈ ਕਿ ਵਾਕਈ
ਜਿਹੜੇ ਅਸੀਂ ਪੰਜਾਬੀ ਅਸੀਂ ਸਿੱਖ ਭਾਈਚਾਰਾ ਵਿਦੇਸ਼ਾਂ ਵਿੱਚ ਜਾ ਕੇ ਮੱਲਾ ਮਾਰ ਸਕਦੇ ਹਾਂ ਤਾਂ ਅਸੀਂ ਆਪਣੇ ਪੰਜਾਬ ਨੂੰ ਵੀ ਸੰਭਾਲ ਸਕਦੇ ਹਾਂ, ਐਸੀ ਕੋਈ ਗੱਲ ਨਹੀਂ। ਸਾਡੇ ਵਿੱਚ ਗੁਰੂ ਸਾਹਿਬ ਦੀ ਦਿੱਤੀ ਹੋਈ ਬਖਸ਼ੀ ਹੋਈ ਲਿਆਕਤ ਹੈ, ਅਸੀਂ ਉਹਦਾ ਇਸਤੇਮਾਲ ਕਰ ਸਕਦੇ ਹਾਂ। ਸੋ ਸਾਨੂੰ ਇੱਕ ਵਧੀਆ ਸੋਚ ਦੇ ਨਾਲ ਚੱਲਣਾ ਚਾਹੀਦਾ, ਔਰ ਜੋ ਸਾਡਾ ਸਾਰਾ ਪੰਜਾਬੀ ਭਾਈਚਾਰਾ ਵਿਦੇਸ਼ਾਂ ਵਿੱਚ ਕੰਮ ਕਰ ਰਿਹਾ, ਉਹਨਾਂ ਸਭ ਨੂੰ ਅਸੀਂ ਆਲ ਦਾ ਬੈਸਟ ਕਹਿੰਦੇ ਹਾਂ ਆਪਣੇ ਇਸ ਪਲੇਟਫਾਰਮ ਤੋਂ, ਅਤੇ ਨਾਲ ਜਿਹੜੇ ਗ੍ਰੇਟ ਬ੍ਰਿਟੇਨ ਦੇ ਵਿੱਚ ਜੇਤੂ ਹੋਏ ਨੇ ਪੰਜਾਬੀ ਔਰ ਸਿੱਖ ਭਾਈਚਾਰੇ ਦੇ ਲੋਕ ਸਾਰੇ ਕੈਂਡੀਡੇਟਸ, ਉਹਨਾਂ ਨੂੰ ਵੀ ਆਲ ਦਾ ਬੈਸਟ ਕਹਿੰਦੇ ਹਾਂ। ਤੁਹਾਡੇ ਵੱਲੋਂ ਫਾਈਨਲ ਵਰਡਸ ਸਰ, ਡਾਕਟਰ ਸਰ? ਬਸ ਮੈਂ ਤਾਂ ਜਿਹੜੀ ਤੁਸੀਂ ਦੇਖੋ ਗੱਲ ਕੰਕਲੂਡ ਕੀਤਾ ਹੈ, ਜਿਹੜਾ ਵੀ ਸਿੱਖ ਧਰਮ ਆ ਇਹ ਬਹੁਤ ਵਧੀਆ ਸ਼ਾਂਤੀਪੂਰਨ ਮਾਹੌਲ ਪੈਦਾ ਕਰਨ ਵਾਲਾ, ਸਰਬੱਤ ਦੇ ਭਲਾ ਵਾਲਾ। ਜਿਵੇਂ ਸਿੱਖ ਦੇਖੋ, ਸਿੱਖਾਂ ਨੇ ਕਿੱਥੇ ਜਾ ਕੇ ਲੋਅ ਨਹੀਂ ਬਣਾਇਆ, ਕਿਸੇ ਵੀ ਕੰਟਰੀ 'ਚ ਗਏ, ਚਾਹੇ ਉਹਨਾਂ ਦੀ ਟਰਾਂਸਪੋਰਟ ਹੈ, ਚਾਹੇ ਹੋਟਲ ਹੈ, ਚਾਹੇ ਕੋਈ ਵੀ ਵਪਾਰ ਹੈ, ਉਹ ਹਮੇਸ਼ਾ ਮੂਹਰੇ ਰਹੇ ਨੇ, ਉਹਨਾਂ ਨੇ ਨਾਮਣਾ ਖੱਟਿਆ। ਇਸ ਕਰਕੇ ਮੈਂ ਸਿੱਖ ਭਰਾਵਾਂ ਨੂੰ, ਜਿੰਨੇ ਸਾਡੇ ਪ੍ਰਵਾਸ ਵਿੱਚ ਵੀ ਰਹਿੰਦੇ ਨੇ, ਜੇ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਨਾ, ਉਹ ਉਹਨਾਂ ਦੇ ਸਾਡੇ ਪੜ੍ਹਨ ਲਈ ਜਾਂਦੇ ਨੇ, ਉਹ ਉੱਥੇ ਮਾਹੌਲ, ਕੁਝ ਬੱਚੇ ਸਾਰੇ ਨਹੀਂ, ਉਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ। ਮਾਪਿਆਂ ਨੂੰ ਮੈਂ ਬੇਨਤੀ ਕਰਾਂਗਾ ਤੇ ਬਾਹਰ ਰਹਿੰਦੇ ਸਿੱਖ ਭੈਣ ਭਰਾਵਾਂ ਨੂੰ ਬੇਨਤੀ ਕਰਾਂਗਾ ਵੀ ਬੱਚਿਆਂ ਨੂੰ ਐਡਜਸਟ ਕਰੋ, ਇਹਨਾਂ ਨੂੰ ਸਮਝਾਓ, ਇਹ ਸ਼ਾਂਤੀਪੂਰਵਕ ਰਹਿਣ। ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ, ਇਹ ਜੇ ਅਸੀਂ ਲੰਗਰ ਵਰਤਾ ਸਕਦੇ ਹਾਂ, ਅਸੀਂ ਭੁੱਖਿਆਂ ਨੂੰ ਖਾਣਾ ਖਿਲਾ ਸਕਦੇ ਹਾਂ, ਅਸੀਂ ਕੋਵਿਡ ਦੇ ਵਿੱਚ ਵੀ ਆਪਣੀ ਜਾਨ ਖਤਰੇ 'ਚ ਪਾ ਕੇ ਖੇਡ ਸਕਦੇ ਹਾਂ, ਤਾਂ ਜ਼ਰੂਰ ਅਸੀਂ ਕਿਉਂ ਨਹੀਂ ਦੁਨੀਆਂ ਦੇ ਵਿੱਚ ਇਸ ਜਿਹੜਾ ਸੰਦੇਸ਼ ਹੈ ਇਸ ਨੂੰ ਬਰਕਰਾਰ ਕਿਉਂ ਨਹੀਂ ਰੱਖ ਸਕਦੇ, ਉਸ ਨੂੰ ਬਰਕਰਾਰ ਰੱਖੀਏ। ਤੇ ਮੈਂ ਇੱਕ ਵਾਰ ਫਿਰ ਜਿਹੜੇ ਬਰਤਾਨੀਆ ਦੇ ਸਾਡੇ ਭਾਰਤੀ ਵੰਸ਼ ਦੇ ਲੋਕ ਨੇ, ਖਾਸ ਤੌਰ ਤੇ ਸਿੱਖ ਤੇ ਪੰਜਾਬੀ ਭਾਈਚਾਰੇ ਦੇ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ, ਤੇ ਉਹਨਾਂ ਨੂੰ ਮੈਂ ਇਹ ਵੀ ਆਸ ਕਰਦਾ ਹਾਂ ਕਿ ਉਹ ਆਪਣੀ ਕਾਰਗੁਜ਼ਾਰੀ ਨਾਲ ਸਾਡਾ ਸਿੱਖਾਂ ਦਾ, ਪੰਜਾਬੀਆਂ ਦਾ ਤੇ ਭਾਰਤੀਆਂ ਦਾ ਨਾਂ ਸੰਸਾਰ ਵਿੱਚ ਰੋਸ਼ਨ ਕਰਨਗੇ। ਬਹੁਤ ਬਹੁਤ ਸ਼ੁਕਰੀਆ, ਔਰ ਵਾਹਿਗੁਰੂ ਤੁਹਾਨੂੰ ਇਸ ਤਰ੍ਹਾਂ ਹੀ ਚੜ੍ਹਦੀ ਕਲਾ 'ਚ ਬਖਸ਼ੇ, ਔਰ ਸਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮੱਚ, ਥੈਂਕ ਯੂ ਵੈਰੀ ਮੱਚ, ਧੰਨਵਾਦ। ਦਰਸ਼ਕਾਂ ਨੂੰ ਗੁਜ਼ਾਰਿਸ਼ ਕਿ ਆਪਣੇ ਵਿਚਾਰ ਸਾਨੂੰ ਇਨਬੋਕਸ ਕਰੋ, ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।